ਦੇਖੋ ਜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਪੁਲਿਸ ਆ ਗਈ ਹੈ ਤਾਂ ਬੇਬਦੀ ਔਰ ਉਹਨਾਂ ਦੀ ਜਿਹੜੀ ਮਾਣ ਮਰਿਆਦਾ ਗੁਰੂ ਸਾਹਿਬ ਦੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਜ਼ਰੂਰ ਖਲਲ ਪਿਆ। ਨਿਹੰਗ ਸਿੰਘ ਕਿੱਥੋਂ ਪਹੁੰਚ ਜਾਣਗੇ, ਉਹਨੂੰ ਥੋੜ੍ਹਾ ਪਤਾ ਸੀ ਕਿ ਇੱਥੇ ਇਹਨਾਂ ਨੇ ਇਹ ਕਰ ਵੀ ਸੋਚ ਕੇ ਬੈਠੇ ਆ। ਇਹ ਤਾਂ ਪ੍ਰੀ ਪਲੈਨ ਪ੍ਰੋਗਰਾਮ ਸੀ, ਜੇ ਪਤਾ ਹੁੰਦਾ ਕਿਸੇ ਨੂੰ ਤਾਂ ਫਿਰ ਜਿਹੜੀਆਂ ਫੌਜਾਂ ਨੇ ਉਹ ਜ਼ਰੂਰ ਪਹੁੰਚਦੀਆਂ। ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਸਾਰੇ ਨੇ ਸਪੀਕਰ ਦੇ ਉੱਤੇ ਜਾ ਕੇ ਬੋਲਿਆ ਕਿ ਇਹ ਸਾਡਾ ਧਾਰਮਿਕ ਮਾਮਲਾ ਹੈ, ਇਹਦੇ 'ਚ ਕਿਰਪਾ ਕਰਕੇ ਪੁਲਿਸ ਨਾ ਵੜੇ ਨਾ ਆਏ। ਇੱਥੇ ਲਿਖ ਕੇ ਪੁਲਿਸ ਬੁਲਾਉਣੀ ਔਰ ਉਹ ਵੀ ਇਲੈਕਟਿਡ ਮੈਂਬਰ ਹੋਣ, ਇਹ ਬੜੀ ਸ਼ਰਮਨਾਕ ਗੱਲ ਹੋਈ ਹੈ। ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਖੁਦ ਸਾਈਨ ਕਰਤੇ। ਮੇਖਲਾ 28 ਸਾਈਨ ਬਹੁਤ ਸੀ, 29ਵਾਂ ਸਾਈਨ ਕਰਨ ਦੀ ਲੋੜ ਨਹੀਂ ਸੀ ਧਾਮੀ ਸਾਹਿਬ ਨੂੰ, ਕਿਉਂਕਿ ਉਹ ਇਸ ਸਾਜਿਸ਼ ਦੇ ਪਾਰਟ ਬਣ ਗਏ ਔਰ ਇਸ ਕੌਨਸਪਰੇਸੀ ਦੇ ਪਾਰਟ ਬਣੇ ਨੇ। ਇਸ ਗੱਲ ਦਾ ਬਹੁਤ ਅਫਸੋਸ ਹੈ ਸਾਨੂੰ। ਕਿੱਥੇ ਨਾ ਕਿੱਥੇ ਪ੍ਰੀ ਪਲੈਨ ਸੀਗਾ ਔਰ ਬਿਹਾਇੰਡ ਦੀ ਕਰਤਨ ਜਿਹੜਾ ਸਿਰਸਾ ਜੀ ਦਾ ਰੋਲ ਸੀ ਉਹ ਕੱਲ੍ਹ ਸਭ ਦੇ ਸਾਹਮਣੇ ਆ ਗਿਆ ਕਿ ਜਿਹੜਾ ਉਹਨਾਂ ਨੇ BJP ਜੁਆਇਨ ਕੀਤੀ ਹੈ ਉਹਦਾ ਕਾਰਨ ਕੀ ਸੀ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਲੱਗਦਾ ਪੋਲੀਟੀਕਲ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਔਰ ਉਹ ਪੋਲੀਟੀਕਲ ਪਾਰਟੀ ਨੂੰ ਗੁੰਮਰਾਹ ਕਰਕੇ ਕੱਲ੍ਹ ਪੁਲਿਸ ਰਾਹੀਂ ਗੁਰਦੁਆਰਾ ਕਮੇਟੀ 'ਚ ਕਬਜ਼ਾ ਕੀਤਾ। ਪਰ ਹੁਣ ਮੈਂ ਤੁਹਾਡੇ ਚੈਨਲ ਵਿੱਚ ਪੁੱਛਣਾ ਚਾਹੁੰਦਾ ਹਾਂ ਕਿ ਮੀਡੀਆ ਹੀ ਇਹ ਗੱਲ ਪੁੱਛ ਸਕਦੀ ਹੈ ਕਿ ਇਹ ਕਮੇਟੀ ਬਣੀ ਕਿਹਦੀ ਹੈ, ਇਹ ਬਾਦਲਾਂ ਦੀ ਕਮੇਟੀ ਬਣੀ ਹੈ, ਇਹ ਸਿਰਸੇ ਦੀ ਕਮੇਟੀ ਬਣੀ ਹੈ ਜਾਂ ਸਿਰਸੇ ਨੇ ਇਹ ਕਮੇਟੀ ਸਰਕਾਰ ਦੀ ਝੋਲੀ 'ਚ ਪਾਈ ਹੈ। ਤੁਹਾਨੂੰ ਸ਼ਾਇਦ ਇੱਕ ਗੱਲ ਹੋਰ ਜਾਣਕਾਰੀ ਦੇ ਦੇਵਾਂ ਕਿ ਜਿਸ ਵੇਲੇ ਸਾਨੂੰ ਪੁਲਿਸ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਅੰਦਰ ਮੀਤ ਪ੍ਰਧਾਨ ਦੀ ਪੋਸਟ 'ਤੇ ਔਰ ਜੁਆਇੰਟ ਸਕੱਤਰੀ ਦੀ ਪੋਸਟ 'ਤੇ ਇਹ 30 ਬੰਦੇ ਆਪਸ 'ਚ ਲੜ ਪਏ, ਜਿਹਦੇ ਵਿੱਚ ਕਿਸ ਨੂੰ 8 ਵੋਟਾਂ ਪਈਆਂ ਅਤੇ ਕਿਸੇ ਨੂੰ 22 ਵੋਟਾਂ ਪਈਆਂ ਔਰ ਉਹ ਦੋਨਾਂ ਦਾ ਵੀ ਜ਼ਿਕਰ ਹਾਲੇ ਨਹੀਂ ਆ ਰਿਹਾ ਬਾਹਰ ਕਿ ਅੰਦਰ ਆਪਸ 'ਚ ਲੜਾਈ ਹੋ ਗਈ ਇਹਨਾਂ ਦੀ ਮੀਤ ਪ੍ਰਧਾਨ ਦੀ ਪੋਸਟ ਦੇ ਉੱਤੇ ਔਰ ਜੁਆਇੰਟ ਸਕੱਤਰੀ ਦੀ ਪੋਸਟ ਦੇ ਉੱਤੇ। ਇਹ ਕਿਸੇ ਦੇ ਸਕੇ ਨਹੀਂ, ਇਹ ਆਪਸ 'ਚ ਹੀ ਲੜ ਮਰੇ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੋਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਔਰ ਕੱਲ੍ਹ ਸਿਆਸਤ ਨੇ ਜੋ ਰੁੱਖ ਦਿਖਾਇਆ ਹੈ ਉਹਦੇ ਲਾਈਵ ਵਿਊਅਰ ਜਿਨ੍ਹਾਂ ਨੇ ਆਪਣੀ ਅੱਖੀ ਨਾਲ ਦੇਖਿਆ, ਪਰਮਜੀਤ ਸਿੰਘ ਰਾਣਾ ਜੀ, ਰਾਣਾ ਸਾਹਿਬ, ਜਿਹੜਾ ਕੱਲ੍ਹ ਸਿਆਸਤ ਨੇ ਆਪਣਾ ਰੁੱਖ ਦਿਖਾਇਆ ਹੈ ਗੁਰਦੁਆਰਾ ਕਮੇਟੀ ਦੇ ਕੱਲ੍ਹ ਇਲੈਕਸ਼ਨਾਂ ਦੇ ਦੌਰਾਨ, ਕੱਲ੍ਹ ਸਿਆਸਤ ਮਤਲਬ ਪੰਥਕ ਸਿਆਸਤ ਨਹੀਂ ਸੀ, ਕੱਲ੍ਹ ਪਿਓਰ ਸਿਆਸਤ ਹੋਈ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਸਾਨੂੰ ਲੱਗਦਾ ਕਿ ਕੱਲ੍ਹ ਜਿਸ ਤਰੀਕੇ ਨਾਲ ਪੁਲਿਸ ਬੁਲਾਈ ਗਈ ਹੈ ਔਰ ਮੈਂਬਰਾਂ ਨੇ ਸਾਈਨ ਕਰਕੇ ਪੁਲਿਸ ਬੁਲਾਈ ਹੈ, ਇਹ ਪਹਿਲੀ ਵਾਰ ਹੋਇਆ। ਕਿੱਥੇ ਝਗੜਾ ਹੋ ਜਾਏ ਉੱਥੇ ਝਗੜਾ ਹੋਣ ਤੋਂ ਬਾਅਦ ਪੁਲਿਸ ਆਉਂਦੀ ਹੈ। ਇੱਥੇ ਲਿਖ ਕੇ ਪੁਲਿਸ ਬੁਲਾਉਣੀ ਔਰ ਉਹ ਵੀ ਇਲੈਕਟਿਡ ਮੈਂਬਰ ਹੋਣ, ਇਹ ਬੜੀ ਸ਼ਰਮਨਾਕ ਗੱਲ ਹੋਈ ਹੈ। ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਖੁਦ ਸਾਈਨ ਕਰਤੇ। ਮੇਖਲਾ 28 ਸਾਈਨ ਬਹੁਤ ਸੀ, 29ਵਾਂ ਸਾਈਨ ਕਰਨ ਦੀ ਲੋੜ ਨਹੀਂ ਸੀ ਧਾਮੀ ਸਾਹਿਬ ਨੂੰ, ਕਿਉਂਕਿ ਉਹ ਇਸ ਸਾਜਿਸ਼ ਦੇ ਪਾਰਟ ਬਣ ਗਏ ਔਰ ਇਸ ਕੌਨਸਪਰੇਸੀ ਦੇ ਪਾਰਟ ਬਣੇ ਨੇ। ਇਸ ਗੱਲ ਦਾ ਬਹੁਤ ਅਫਸੋਸ ਹੈ ਸਾਨੂੰ। ਮੈਂ ਆਪ ਜੀ ਨੂੰ ਸਵਾਲ ਹੋਰ ਪੁੱਛਣਾ ਚਾਹਾਂਗਾ, ਇਲੈਕਸ਼ਨਸ ਦਾ ਦੌਰ ਚੱਲਦਾ ਰਹਿੰਦਾ ਹੈ, ਮਗਰ ਮੈਂ ਅੱਜ ਤੱਕ ਆਪਣੇ ਪੱਤਰਕਾਰਤਾ ਦੇ ਲੈਵਲ 'ਤੇ ਕਦੇ ਨਹੀਂ ਵੇਖਿਆ ਕਿ ਜਿੰਨੇ ਆਪਣਾ ਨੋਮੀਨੇਸ਼ਨ ਭਰਿਆ ਹੋਏ ਉਹਨੇ ਆਪਣਾ ਵੋਟ ਵੀ ਨਾ ਕਾਸਟ ਕਰਨ ਦਿੱਤਾ ਜਾਵੇ ਔਰ ਇਲੈਕਸ਼ਨਸ ਨੂੰ ਮੰਨ ਲਿਆ ਗਿਆ ਹੋਏ ਔਰ ਸਾਈਨ ਹੋ ਗਏ ਹੁਣ, ਇਹ ਕਿਵੇਂ ਪੋਸੀਬਲ ਹੈਗਾ? ਦੇਖੋ, ਅਸੀਂ ਜਿਸ ਵੇਲੇ ਦੂਜਾ ਵੋਟ ਪਿਆ ਔਰ ਉਹਨੇ ਵੋਟ ਦਿਖਾਇਆ, ਕਿਉਂਕਿ ਉਹ ਸ਼ੱਕ ਦੇ ਦਾਇਰੇ ਵੀ ਸੀਗਾ ਕਿ ਦੇਖੋ ਜੀ, ਮੈਂ ਜਿਹੜੀ ਤੁਹਾਡੇ ਕੋਲ ਪੇਮੈਂਟ ਫੜੀ ਹੈ ਮੈਂ ਉਸ ਬੰਦੇ ਨੂੰ ਵੋਟ ਪਾ ਕੇ ਉਹਦੇ 'ਚ ਪਾ ਰਿਹਾ। ਉਹ ਓਬਜੈਕਸ਼ਨ ਤੋਂ ਬਾਅਦ ਵੋਟਿੰਗ ਰੋਕ ਦਿੱਤੀ ਗਈ, ਵੋਟਿੰਗ ਰੋਕ ਦਿੱਤੀ ਗਈ ਅਤੇ ਜਿਹੜਾ ਕੈਂਡੀਡੇਟ ਆ ਉਸ ਤੋਂ ਕੁਝ ਪੁੱਛਿਆ ਹੀ ਨਹੀਂ ਗਿਆ, ਪਰਮਜੀਤ ਸਿੰਘ ਸਰਨਾ ਤੋਂ ਕੁਛ ਵੀ ਨਹੀਂ ਪੁੱਛਿਆ ਗਿਆ। ਉਸ ਤੋਂ ਬਾਅਦ ਧੱਕਾਸ਼ਾਹੀ ਸ਼ੁਰੂ ਹੋ ਗਈ ਔਰ ਧੱਕਾਸ਼ਾਹੀ ਦੇ ਵਿੱਚ ਉਹ ਪੀ ਪਲੈਨ ਸਨ, ਕਿਉਂਕਿ ਉਹਨਾਂ ਕੋਲ ਸਰਕਾਰ ਦੀ ਤਾਕਤ ਸੀਗੀ ਔਰ ਜਿਸ ਵੇਲੇ ਸਰਕਾਰ ਦੀ ਤਾਕਤ ਹੋਏ ਤਾਂ ਬੰਦਾ ਫਿਰ ਤੁਹਾਨੂੰ ਪਤਾ ਹੀ ਹੈ ਕਿੱਥੇ ਦੀ ਗੱਲ ਕਿੱਥੇ ਲੈ ਕੇ ਜਾਂਦਾ। ਸਰਕਾਰ ਦੇ ਅੰਦਰ ਹੀ ਹੈਗੇ ਹੋ ਤਾਂ ਗੱਲ ਸੁਣੋ, ਜਿਸ ਵੇਲੇ ਸਰਕਾਰ ਦੇ ਅੰਦਰ ਅਗਰ ਹੁੰਦੇ ਤਾਂ ਸ਼ਾਇਦ ਇਹ ਮਾਹੌਲ ਨਾ ਹੁੰਦਾ, ਜੇ ਸਰਕਾਰ ਸਾਡੇ ਨਾਲ ਹੁੰਦੀ ਤਾਂ ਸ਼ਾਇਦ ਇਹ ਮਾਹੌਲ ਨਾ ਹੁੰਦਾ। ਇਹ ਕਿੱਥੇ ਨਾ ਕਿੱਥੇ ਪ੍ਰੀ ਪਲੈਨ ਸੀਗਾ ਔਰ ਬਿਹਾਇੰਡ ਦੀ ਕਰਤਨ ਜਿਹੜਾ ਸਿਰਸਾ ਜੀ ਦਾ ਰੋਲ ਸੀ ਉਹ ਕੱਲ੍ਹ ਸਭ ਦੇ ਸਾਹਮਣੇ ਆ ਗਿਆ ਕਿ ਜਿਹੜਾ ਉਹਨਾਂ ਨੇ BJP ਜੁਆਇਨ ਕੀਤੀ ਹੈ ਉਹਦਾ ਕਾਰਨ ਕੀ ਸੀ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਲੱਗਦਾ ਪੋਲੀਟੀਕਲ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਔਰ ਉਹ ਪੋਲੀਟੀਕਲ ਪਾਰਟੀ ਨੂੰ ਗੁੰਮਰਾਹ ਕਰਕੇ ਕੱਲ੍ਹ ਪੁਲਿਸ ਰਾਹੀਂ ਗੁਰਦੁਆਰਾ ਕਮੇਟੀ 'ਚ ਕਬਜ਼ਾ ਕੀਤਾ। ਔਰ ਹੁਣ ਮੈਂ ਤੁਹਾਡੇ ਚੈਨਲ ਵਿੱਚ ਪੁੱਛਣਾ ਚਾਹੁੰਦਾ ਹਾਂ ਕਿ ਮੀਡੀਆ ਹੀ ਇਹ ਗੱਲ ਪੁੱਛ ਸਕਦੀ ਹੈ ਕਿ ਇਹ ਕਮੇਟੀ ਬਣੀ ਕਿਹਦੀ ਹੈ, ਇਹ ਬਾਦਲਾਂ ਦੀ ਕਮੇਟੀ ਬਣੀ ਹੈ, ਇਹ ਸਿਰਸੇ ਦੀ ਕਮੇਟੀ ਬਣੀ ਹੈ ਜਾਂ ਸਿਰਸੇ ਨੇ ਇਹ ਕਮੇਟੀ ਸਰਕਾਰ ਦੀ ਝੋਲੀ 'ਚ ਪਾਈ ਹੈ, ਇਸ ਦੀ ਕਲੈਰਿਟੀ ਹੁਣ ਤੱਕ ਨਹੀਂ। ਸੰਗਤ ਦੀ ਕਮੇਟੀ ਬਣੀ, ਸੰਗਤ ਦੇ ਕੰਮ ਵਾਸਤੇ ਕਮੇਟੀ ਬਣੀ ਹੈ, ਨਹੀਂ ਉਹਨਾਂ ਦਾ ਕਹਿਣਾ ਨਹੀਂ ਹੁੰਦਾ, ਇਹ ਤਾਂ ਤੁਹਾਨੂੰ ਵੀ ਪਤਾ ਕਿਹਦੀ ਬਣੀ ਹੈ, ਤੁਸੀਂ ਪੁੱਛੋਗੇ ਤੁਹਾਨੂੰ ਜਵਾਬ ਦੇਣਗੇ। ਹੁਣ ਤੱਕ ਕਿਸੇ ਵੀ ਪ੍ਰਿੰਟ ਮੀਡੀਆ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਨਿਊਜ਼ ਨਹੀਂ ਆਈ,
तो मैं चाहूँगा कि तुम बड़ी बेबाकी ना सवाल पूछते हो। लास्ट हूँ मैं सवाल एंड आ रहे हैं, सवाल बड़ा सिंपल जगह, कल कि गुरु ग्रंथ साहब की बेदबी हुई सी या नहीं हुई सी? देखो जो गुरु साहब की हजूरी पुलिस आ गई है तो बेदबी और उन्होंने जी माण मर्यादा गुरु साहब की होनी चाहिए, उसके विच जरूर खलल पिया। बैठे किसी सिंह का खून नहीं खोलिया, किसी बेदबी हो गई है, क्योंकि जे दरबार साहब बेदबी होंगी है पंजा मिनटा के अंदर बंदे सौदा ला दिया जाता है, तो उधर दस घंटे बेदबी होंगी रही कि सौदा लाने की गल नहीं, किसी ने उफ दा नारा भी नहीं मारिया। तुम सारिया वीडियो चैक कर लो, असी सारिया ने उत्थे यही गल कही कि पुलिस का इत्थे कोई काम नहीं है, ये साडा इंटरनल मामला है, और मेरे ख्याल तुहाडे कोल अगर वो क्लिप नहीं आई तो मैं तुहानू दे दांगा। परमजीत सिंह सरना, अरविंदर सिंह सरना, मनजीत सिंह जी के सारे ने स्पीकर दे उत्ते जाके बोलिया कि ये साडा धार्मिक मामला है, ये कृपा करके पुलिस ना वड़े ना आए। मगर सर गुरुद्वारा कमेटी के प्रधान और दो प्रधान SGPC के प्रधान तो मौजूदा जो नवे प्रधान बने खरमी सिंह कालका जी उधर मौजूद से जिधर बेदबी हो रही है, और बेदबी होने तो बाद सौदा लाने की गल करने वाले थान थान के उत्ते जिन्हें बेदबी की है, अज उन्होंने सौदा लाने की गल याद नहीं आई? इस गल का जवाब उन्होंने को लेना चाहिए तुम्हें, और धर्म प्रचार के एक्स चेयरमैन रहे हो, सिख है आप जी दसो ना। मैं तो आप जी कह ही रहा कि गलत होया, मैं तो कोई तुम्हें यही कह ही नहीं रहा, जब तो असं स्टेज पर बोले हाँ। निहंग सिंह भी नहीं पहुंचे? निहंग सिंह हूँ जब तुम बड़ी अजीब जी गल करते हो, निहंग सिंह कितों पहुँचे थोड़ा पता नहीं कि इतने इन्होंने कर भी सोच के बैठे है, ये प्री प्लैंड प्रोग्राम से जो पता होंगे किसी को तो फिर जड़िया फौजा ने उदू पहुँच दी। 12 घंटे तो उत्ते समा हो चुका होया है, मगर ना किसी ने पंजाब ने उसका नारा मारे, ना किसी सिख चैनल ने उसका नारा मारे है कि भाई कल बेदबी हुई है। नहीं नहीं, सारे चैनल बोल रहे हैं और सारे चैनल पर आ रहा, सोशल मीडिया पर आ रहा, संगत का रोष आ रहा, और तुम सोशल मीडिया के उत्तों मैं तुम चाहवागा कि जो फेसबुक उत्ते आपस के लड़े ने, तुम्हें शायद एक गल होर जानकारी दे देव कि जिसले सानू पुलिस फड़ के लै गई सी उस तो बाद अंदर मीत प्रधान की पोस्ट है और जॉइंट सकत्री की पोस्ट है, 30 बंदे आपस लड़ पाए, जिसे 8 वोटा पे किसी 22 वोटा प, और वो दोनों का भी जिक्र हले नहीं आ रहा बाहर कि अंदर आपस ही लड़ाई होगी इन्हों की मीत प्रधान की पोस्ट उत्ते और जॉइंट सकत्री की पोस्ट उत्ते, किसी के सगे नहीं है, ये आपस ही लड़ मरे से। सगे की गल नहीं कि मेरी गल हैगी गुरु ग्रंथ साहब बेदबी के उत्ते, मैं उस पॉइंट पर ही रहना चाह रहा, बेदबी के उत्ते अज भी सिर्फ सियासत की गल प्रेस कॉन्फ्रेंस हो रही है, बेदबी की कोई गल क्यों नहीं कर रहा? भाई साहब तुम प्रेस कॉन्फ्रेंस सी, तुम गल सुनते नहीं ध्यान ना, मन लगता तुम जाके चैक करो, उन्होंने बोलिया से अकाल तख्त से जावे और अपने आप गुस्सा दर्ज करावे और शिकायत देवे। ऐसी राणा जी जिन्होंने भी गल रखी, देखते रहो वॉइस ऑफ इंडिया।